ਮੈਂ ਸਾਦਿਕ ਲੁਧਿਆਣਾ ਹੈਲਥ ਫਾਊਂਡੇਸ਼ਨ ਦਾ ਪ੍ਰੈਜ਼ੀਡੈਂਟ। ਸਭ ਨਾਲੋਂ ਪਹਿਲਾਂ ਤਾਂ ਮੈਂ ਸਵਿਤਾ ਮੈਡਮ ਜਿਹੜੇ ਇੱਥੇ ਪਹੁੰਚੇ ਨੇ ਸਾਡੀ ਟੀਮ ਦੇ ਵਿੱਚ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਟੀਮ ਨੂੰ ਸਮਾਂ ਦਿੱਤਾ। ਸੋ ਮੈਂ ਲੁਧਿਆਣਾ ਹੈਲਥ ਫਾਊਂਡੇਸ਼ਨ ਦੇ ਜਿਹੜੇ ਕੇਸ਼ਨ ਨੇ ਮੋਨੂ ਜੀ ਅਤੇ ਮੇਰੀ ਪੂਰੀ ਟੀਮ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹ ਮੈਨੂੰ ਅੱਗੇ ਵਧਣ ਦਾ ਅਤੇ ਅੱਗੇ ਕੋਈ ਕੈਂਪ ਲਗਾਉਣ ਲਈ ਮੈਨੂੰ ਸਪੋਰਟ ਕਰਦੇ ਆ ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਦੂਸਰੀ ਗੱਲ, ਇਹ ਜਿਹੜਾ ਕੈਂਪ ਲਗਾਇਆ ਗਿਆ, ਇਹ ਡਾਕਟਰ ਸੁਨੀਲ ਨੇ ਜਿਹੜੇ ਜੈਨ ਹੋਸਪਿਟਲ ਦੇ ਇੱਥੇ ਪਹੁੰਚੇ ਨੇ ਅਤੇ ਡਾਕਟਰ ਰਾਜ ਗਲੋਥਰਾ ਜੀ ਹਰਭਗਤ ਡਿਸਪੈਂਸਰੀ ਤੋਂ ਜਿਹੜੇ ਆ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਟੀਮ ਨੂੰ ਇੱਦਾਂ ਸਪੋਰਟ ਕਰਦੇ। ਨਾਲੇ ਅਸੀਂ ਇੱਦਾਂ ਇਹੋ ਜਿਹੇ ਉਪਰਾਲੇ ਅੱਗੇ ਵੀ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਅੱਜ ਸਾਦਿਕ ਭਾਅ ਜੀ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਸੀ ਅਤੇ ਮੋਨੂ ਜੀ ਵੱਲੋਂ ਇੱਕ ਇਹ ਇਹਨਾਂ ਦੇ ਨਾਲ ਇਕੱਠੇ ਇਹ ਕੈਂਪ ਲਗਾਇਆ ਗਿਆ, ਨੋਰਮਲ ਮੈਡੀਕਲ ਜਨਰਲ ਚੈੱਕਅਪ ਕੈਂਪ ਹੈ ਇਹ, ਅਤੇ ਲੁਧਿਆਣਾ ਹੈਲਪ ਫਾਊਂਡੇਸ਼ਨ ਟੀਮ ਦੇ ਵੱਲੋਂ ਇੱਦਾਂ ਦਾ ਇਹ ਤੀਸਰਾ ਕੈਂਪ ਹੈ ਆਈ ਥਿੰਕ, ਹੈ ਨਾ। ਅਤੇ ਜੈਨ ਹੋਸਪਿਟਲ ਅਤੇ ਬਾਬਾ ਹਰਭਗਤ ਸਿੰਘ ਡਿਸਪੈਂਸਰੀ ਵੱਲੋਂ ਇਹਨਾਂ ਦੇ ਨਾਲ ਇਹ ਸਪੋਰਟ ਕੀਤੀ ਗਈ ਹੈ, ਜਿਹਦੇ ਵਿੱਚ ਇੱਥੋਂ ਮਰੀਜ਼ਾਂ ਦੇ ਜਨਰਲ ਚੈੱਕਅਪਸ ਕੀਤੇ ਜਾ ਰਹੇ ਆ, ਜਿਸ 'ਚ ਇਹਨਾਂ ਦੇ ਸ਼ੂਗਰ ਐਂਡ ਬੀ ਪੀ ਚੈੱਕਅਪ ਐਂਡ ਹੋਰ ਵੀ ਜਿਹੜੇ ਹੋਰ ਜਨਰਲ ਬਿਮਾਰੀਆਂ ਜੋ ਅੱਜ ਕੱਲ੍ਹ ਫੈਲੀਆਂ ਹੋਈਆਂ ਉਹਨਾਂ ਦੇ ਬਲੱਡ ਟੈਸਟ ਵਗੈਰਾ ਕੀਤੇ ਜਾ ਰਹੇ ਨੇ। ਅਤੇ ਬਹੁਤ ਅੱਛਾ ਇਨੀਸ਼ੀਏਟਿਵ ਹੈ, ਅੱਜ ਦੇ ਯੂਥ ਨੂੰ ਇੱਦਾਂ ਦੇ ਕੰਮਾਂ ਦੇ ਵਿੱਚ ਆਉਣਾ ਚਾਹੀਦਾ ਅੱਗੇ, ਤਾਂ ਕਿ ਸੋਸਾਇਟੀ ਨੂੰ ਆਪਾਂ ਮੈਸੇਜ ਦੇ ਸਕੀਏ। ਇਕੱਲੇ ਆਪਾਂ ਲਾਈਵ ਹੋ ਕੇ ਆ ਫੇਸਬੁੱਕ ਸੋਸ਼ਲ ਮੀਡੀਆ ਉੱਤੇ ਮੈਸੇਜਿਸ ਨਾ ਪਾਈਏ, ਇੱਦਾਂ ਸਪੋਰਟ ਵੀ ਕਰਨਾ ਚਾਹੀਦਾ, ਕਿਉਂਕਿ ਕੁਛ ਗਰੀਬ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਹੋਸਪਿਟਲ 'ਚ ਜਾ ਕੇ ਆਪਣੇ ਚੈੱਕਅਪ ਨਹੀਂ ਕਰਾ ਸਕਦੇ। ਤੁਹਾਨੂੰ ਪਤਾ ਹੀ ਅੱਜ ਕੱਲ੍ਹ ਜਿਵੇਂ ਕਰੋਨਾ ਵਾਇਰਸ ਵੀ ਬਹੁਤ ਜ਼ਿਆਦਾ ਫੈਲਿਆ ਹੋਇਆ, ਅਤੇ ਇਹ ਚੀਜ਼ਾਂ ਜੋ ਹੈ ਇੱਦਾਂ ਦੇ ਕੈਂਪ ਜੋ ਹੈ ਸਪੋਰਟ ਕਰਦੇ ਨੇ ਸੋਸਾਇਟੀ ਨੂੰ ਅੱਗੇ ਹੈਲਦੀ ਲਾਈਫ ਪ੍ਰੋਵਾਈਡ ਕਰਨ ਲਈ। ਬਹੁਤ ਅੱਛਾ ਇਨੀਸ਼ੀਏਟਿਵ ਹੈ ਐਂਡ ਮੇਰਾ ਇਹਨਾਂ ਦੇ ਨਾਲ ਇਹ ਸੈਕਿੰਡ ਟਾਈਮ ਹੈ ਕਿ ਮੈਂ ਇਹਨਾਂ ਨੂੰ ਅੱਜ ਇੱਥੇ ਆ ਕੇ ਸਪੋਰਟ ਕਰ ਰਹੀ ਹਾਂ, ਅਤੇ ਮੇਰੇ ਵੱਲੋਂ ਇਹਨਾਂ ਨੂੰ ਹਮੇਸ਼ਾ ਸਪੋਰਟ ਰਹੇਗੀ, ਸਾਡੀ ਟੀਮ ਵੱਲੋਂ ਸਪੋਰਟ ਰਹੇਗੀ। ਅਤੇ ਮੈਂ ਸਭ ਨੂੰ ਇਹ ਮੈਸੇਜ ਦਊਂਗੀ ਕਿ ਇੱਦਾਂ ਦੀ ਯੂਥ ਜੋ ਸੋਸਾਇਟੀ ਲਈ ਕੰਮ ਕਰਦੇ ਇਹਨਾਂ ਨੂੰ ਸਪੋਰਟ ਕਰਿਆ ਕਰੋ। ਅਤੇ ਧੰਨਵਾਦ ਸਭ ਦਾ ਬਹੁਤ ਬਹੁਤ ਜੋ ਇਹਨਾਂ ਨੂੰ ਅੱਜ ਇਹਨਾਂ ਨੇ ਸਪੋਰਟ ਕੀਤਾ ਇਸ ਕੈਂਪ ਦੇ ਲਈ। ਫਰੀ ਆਫ ਕੋਸਟ ਇਹਨਾਂ ਨੇ ਚੈੱਕਅਪ ਕੀਤੇ ਆ ਪੇਸ਼ੈਂਟਸ ਦੇ, ਆਲਮੋਸਟ ਅਰਾਊਂਡ 100 ਤੋਂ ਉੱਪਰ ਪੇਸ਼ੈਂਟਸ ਆ ਚੁੱਕੇ, ਬਾਕੀ ਹਲੇ ਪੇਸ਼ੈਂਟਸ ਆ ਰਹੇ ਆ, ਅੱਗੇ ਦੇਖਦੇ ਹਾਂ ਬਾਕੀ। ਅਤੇ ਜਿਨ੍ਹਾਂ ਦਾ ਓਪਰੇਸ਼ਨ ਜਾਂ ਕੋਈ ਐਕਸਟਰਾ ਚੈੱਕਅਪ ਹੋਊਗਾ ਉਹਦੇ ਬਾਰੇ ਕੀ ਕਰੋਗੇ? ਓਪਰੇਸ਼ਨਸ ਦੇ ਲਈ ਆ ਸਾਡੀ ਟੀਮਸ ਇਹਨਾਂ ਨੂੰ ਸਪੋਰਟ ਕਰਨਗੀਆਂ, ਲੁਧਿਆਣਾ ਹੈਲਪ ਫਾਊਂਡੇਸ਼ਨ ਹਸਲਰ ਟੀਮ ਹੋ ਗਈ ਅਤੇ ਬਾਕੀ ਜਿਹੜੇ ਹੋਰ ਸਾਡੇ ਨਾਲ ਡੋਨਰਸ ਐਂਡ ਸਪੋਰਟਰਸ ਜੁੜੇ ਹੋਏ ਆ, ਜਿੰਨਾ ਕੁ ਵੀ ਸਪੋਰਟ ਕਰ ਸਕਾਂਗੇ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਕਰਾਂਗੇ। ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮਹੀਨੇ ਜਾਂ 2 ਮਹੀਨੇ ਬਾਅਦ ਇੱਦਾਂ ਦੇ ਕੈਂਪ ਲਗਾਏ ਜਾਣ, ਬਲੱਡ ਡੋਨੇਸ਼ਨ ਕੈਂਪਸ ਹੋ ਗਏ ਜਾਂ ਮੈਡੀਕਲ ਚੈੱਕਅਪ ਕੈਂਪਸ ਹੋ ਗਏ। ਇਹਨਾਂ ਦੇ ਨਾਲ ਕੀ ਹੁੰਦਾ ਕਿ ਸੋਸਾਇਟੀ ਨੂੰ ਇੱਕ ਪ੍ਰੋਪਰ ਹੈਲਦੀ ਲਾਈਫ ਪ੍ਰੋਵਾਈਡ ਕਰਨ ਦੇ ਵਿੱਚ ਸਪੋਰਟ ਮਿਲਦੀ ਹੈ, ਅਦਰਵਾਈਜ਼ ਲੋਕ ਕੀ ਹੈ ਘਰ ਬੈਠੇ ਰਹਿੰਦੇ ਆ, ਚੈੱਕਅਪ ਕਰਵਾਉਣ ਵੀ ਨਹੀਂ ਜਾਂਦੇ ਔਰ ਬਿਮਾਰੀ ਜ਼ਿਆਦਾ ਵੱਧ ਜਾਂਦੀ ਹੈ। ਥੋੜ੍ਹਾ ਜਿਹਾ ਤਾਂ ਹੈਲਪ ਹੁੰਦੀ ਹੈ ਜਦੋਂ ਇੱਦਾਂ ਦੇ ਕੈਂਪ ਲੱਗਦੇ।